ਰਸੋਈ ਅਤੇ ਘਰ ਨੂੰ ਸਾਫ਼ ਕਰਨ ਦੇ ਘਰੇਲੂ ਨੁਸਖੇ। ਨੰਬਰ 1, ਸੂਤੀ ਕੱਪੜੇ ਨੂੰ ਵਿਨੇਗਰ ਵਿੱਚ ਭਿਉਂ ਕੇ ਚੰਗੀ ਤਰ੍ਹਾਂ ਨਿਚੋੜ ਲਵੋ ਅਤੇ ਇਸ ਨਾਲ ਰਸੋਈ ਦੀ ਸੈਲਫ ਸਾਫ਼ ਕਰੋ। ਇਸ ਨਾਲ ਸੈਲਫ ਚੰਗੀ ਤਰ੍ਹਾਂ ਸਾਫ਼ ਹੋ ਜਾਵੇਗੀ ਅਤੇ ਕੀਟਾਣੂ ਵੀ ਮਰ ਜਾਣਗੇ। ਨੰਬਰ 2, ਟਾਈਲਾਂ ਉੱਪਰ ਨਿੰਬੂ ਛਿੜਕ ਕੇ ਫੈਲਾ ਦਿਓ ਅਤੇ 15 ਮਿੰਟ ਬਾਅਦ ਮੁਲਾਇਮ ਕੱਪੜੇ ਨਾਲ ਪੂੰਝ ਦਿਓ। ਇਸ ਤਰ੍ਹਾਂ ਕਰਨ ਨਾਲ ਟਾਈਲਾਂ ਚਮਕਣ ਲੱਗ ਜਾਣਗੀਆਂ। ਨੰਬਰ 3, ਰਸੋਈ ਦੇ ਦਰਵਾਜ਼ੇ ਹੈਂਡਲ ਅਤੇ ਖੋਲ੍ਹਣ ਵਾਲੀਆਂ ਜਗ੍ਹਾ ਚੰਗੀ ਤਰ੍ਹਾਂ ਸਾਫ਼ ਕਰੋ। ਨੰਬਰ 4, ਭਾਂਡੇ ਸਾਫ਼ ਕਰਨ ਤੋਂ ਬਾਅਦ ਭਾਂਡਿਆਂ ਵਾਲੀ ਸਾਬਣ ਵਿੱਚੋਂ ਪਾਣੀ ਕੱਢ ਦਿਓ। ਇਸ ਤਰ੍ਹਾਂ ਕਰਨ ਨਾਲ ਸਾਬਣ ਵੀ ਜ਼ਿਆਦਾ ਦੇਰ ਤੱਕ ਚੱਲੇਗੀ। ਨੰਬਰ 5, ਮਾਈਕ੍ਰੋਵੇਵ ਦੀ ਸਫਾਈ ਕਰਨ ਦੇ ਲਈ ਸਟੀਮ ਪ੍ਰੋਸੈਸ ਸਭ ਤੋਂ ਵਧੀਆ ਤਰੀਕਾ ਹੈ। ਇਸ ਦੇ ਲਈ ਮਾਈਕ੍ਰੋਵੇਵ ਬਾਉਲ ਵਿੱਚ ਪਾਣੀ ਪਾ ਕੇ 1 ਨਿੰਬੂ ਦਾ ਰਸ ਪਾ ਦਿਓ ਅਤੇ ਮਾਈਕ੍ਰੋਵੇਵ ਨੂੰ ਔਨ ਕਰ ਦਿਓ। 2-3 ਮਿੰਟ ਬਾਅਦ ਮਾਈਕ੍ਰੋਵੇਵ ਨੂੰ ਬੰਦ ਕਰ ਦਿਓ ਅਤੇ 20 ਮਿੰਟ ਤੱਕ ਇਸ ਤਰ੍ਹਾਂ ਹੀ ਰਹਿਣ ਦਿਓ ਅਤੇ ਬਾਅਦ ਵਿੱਚ ਮਾਈਕ੍ਰੋਫਾਈਬਰ ਕੱਪੜੇ ਨਾਲ ਸਾਫ਼ ਕਰ ਦਿਓ। ਨੰਬਰ 6, ਟੂਟੀ ਅਤੇ ਸ਼ਾਵਰ 'ਤੇ ਜੰਮੀ ਹੋਈ ਧੂੜ ਮਿੱਟੀ ਡਿਟਰਜੈਂਟ ਜਾਂ ਸ਼ੈਂਪੂ ਮਿਲੇ ਪਾਣੀ ਨਾਲ ਜਾਂ ਫਿਰ ਵਿਨੇਗਰ ਵਿੱਚ ਪਾਣੀ ਮਿਲਾ ਕੇ ਸਾਫ਼ ਕਰੋ ਅਤੇ ਬਾਅਦ ਵਿੱਚ ਕੱਪੜੇ ਨਾਲ ਸਾਫ਼ ਕਰੋ। ਇਸ ਤਰ੍ਹਾਂ ਕਰਨ ਨਾਲ ਟੂਟੀ ਅਤੇ ਸ਼ਾਵਰ ਚਮਕਣ ਲੱਗ ਜਾਣਗੇ। ਨੰਬਰ 7, ਬਾਸੀ ਖਾਣੇ ਦੀ ਦੁਰਗੰਧ ਅਤੇ ਦਾਗ ਧੱਬਿਆਂ ਨੂੰ ਦੂਰ ਕਰਨ ਲਈ ਮਾਈਕ੍ਰੋਫਾਈਬਰ ਕਲੌਥ ਦੀ ਵਰਤੋਂ ਕਰੋ। ਨੰਬਰ 8, ਮਸ਼ੀਨ ਦੀ ਟਿਊਬ ਵਿੱਚ ਕੱਪੜੇ ਧੋਂਦੇ ਸਮੇਂ ਮਿੱਟੀ ਦੇ ਕਾਰਨ ਫਸ ਜਾਂਦੇ ਹਨ, ਇਸ ਲਈ ਮਹੀਨੇ ਵਿੱਚ 1 ਵਾਰ ਉਸਨੂੰ ਬਿਨਾਂ ਕੱਪੜਿਆਂ ਤੋਂ ਗਰਮ ਪਾਣੀ ਵਿੱਚ 2 ਕੱਪ ਨਿੰਬੂ ਦਾ ਰਸ ਅਤੇ 1 ਕੱਪ ਵਾਈਟ ਵਿਨੇਗਰ ਪਾ ਕੇ ਚਲਾਓ। ਨੰਬਰ 9, ਡੋਰਮੈਟ ਬਾਹਰ ਦੀ ਗੰਦਗੀ ਨੂੰ ਘਰ ਜਾਂ ਬਿਸਤਰ ਤੱਕ ਲਿਜਾਣ ਤੋਂ ਦੂਰ ਰੱਖਦੇ ਹਨ, ਇਸ ਲਈ ਤੁਹਾਨੂੰ ਸਿਰਫ਼ ਮਹੀਨੇ ਵਿੱਚ 1 ਵਾਰ ਧੋਣ ਦੀ ਜ਼ਰੂਰਤ ਹੈ। ਇਸ ਲਈ ਘਰ ਵਿੱਚ ਘੱਟੋ ਘੱਟ 3 ਡੋਰਮੈਟ ਹੋਣੇ ਚਾਹੀਦੇ ਹਨ। ਇਸ ਨਾਲ ਸਫਾਈ ਲੰਬੇ ਸਮੇਂ ਤੱਕ ਟਕੀ ਰਹੇਗੀ ਅਤੇ ਡੋਰਮੈਟ ਵੀ ਜਲਦੀ ਗੰਦਾ ਨਹੀਂ ਹੋਵੇਗਾ। ਨੰਬਰ 10, ਕੱਪੜੇ ਧੋਣ ਵਾਲੀ ਟੋਕਰੀ ਦੇ ਕੋਨਿਆਂ ਵਿੱਚ ਧੂੜ ਮਿੱਟੀ ਅਤੇ ਕੀਟਾਣੂ ਹੁੰਦੇ ਹਨ, ਉਹਨਾਂ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਤੁਹਾਡੇ ਕੋਲ ਪਲਾਸਟਿਕ ਦੀ ਟੋਕਰੀ ਹੈ ਤਾਂ ਇਸ ਨੂੰ ਹਰ ਹਫ਼ਤੇ ਗਰਮ ਪਾਣੀ ਜਾਂ ਬੇਕਿੰਗ ਸੋਡੇ ਨਾਲ ਸਾਫ਼ ਕਰੋ। ਜੇਕਰ ਤੁਹਾਡੇ ਕੋਲ ਟੋਕਰੀ ਕੱਪੜੇ ਦੀ ਬਣੀ ਹੋਈ ਹੈ ਤਾਂ ਇਹ ਵਾਸ਼ਿੰਗ ਮਸ਼ੀਨ ਵਿੱਚ ਧੋਤਾ ਜਾ ਸਕਦਾ ਹੈ। ਨੰਬਰ 11, ਬਾਥਰੂਮ ਵਿੱਚ ਜੋ ਸਪੰਜ ਇਸਤੇਮਾਲ ਕਰਦੇ ਹੋ ਉਸ ਦੇ ਵਿੱਚ ਡੈੱਡ ਸਕਿਨ ਸਾਬਣ ਦੀ ਝੱਗ ਰਹਿ ਜਾਂਦੀ ਹੈ, ਇਸ ਨੂੰ ਸਾਫ਼ ਕਰਨ ਦੇ ਲਈ ਬਲੀਚ ਵਿੱਚ 5 ਮਿੰਟ ਲਈ ਡੁਬੋ ਕੇ ਰੱਖੋ ਅਤੇ ਪਾਣੀ ਨਾਲ ਧੋ ਦਿਓ। ਨੰਬਰ 12, ਇਹ ਜ਼ਰੂਰੀ ਨਹੀਂ ਕਿ ਦੀਵਾਰਾਂ ਉੱਪਰ ਦਾਗ ਲੱਗ ਜਾਣ ਤਾਂ ਹੀ ਸਾਫ਼ ਕੀਤਾ ਜਾਵੇ, ਉਹਨਾਂ ਉੱਪਰ ਧੂੜ ਮਿੱਟੀ ਜੰਮ ਜਾਂਦੀ ਹੈ, ਇਸ ਲਈ ਦੀਵਾਰਾਂ ਨੂੰ ਵਾਈਪਸ ਦੀ ਮਦਦ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਨੰਬਰ 13, ਹੇਅਰ ਬ੍ਰੱਸ਼ ਨੂੰ 15 ਦਿਨਾਂ ਬਾਅਦ ਸਾਫ਼ ਕਰਨਾ ਬਹੁਤ ਜ਼ਰੂਰੀ ਹੈ, ਇਸ ਵਿੱਚ ਧੂੜ ਮਿੱਟੀ ਅਤੇ ਡੈਂਡਰਫ ਚਿਪਕ ਜਾਂਦੀ ਹੈ, ਇਸ ਨੂੰ ਸਾਫ਼ ਕਰਨ ਦੇ ਲਈ ਗਰਮ ਪਾਣੀ ਵਿੱਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਪਾ ਕੇ ਰਾਤ ਭਰ ਲਈ ਡੁਬੋ ਕੇ ਰੱਖ ਦਿਓ ਅਤੇ ਬਾਅਦ ਵਿੱਚ ਪਾਣੀ ਨਾਲ ਧੋ ਲਵੋ। ਨੰਬਰ 14, ਸ਼ੀਸ਼ੇ ਤੋਂ ਬਣੀਆਂ ਹੋਈਆਂ ਚੀਜ਼ਾਂ ਨੂੰ ਕਦੇ ਵੀ ਕੱਪੜੇ ਨਾਲ ਨਹੀਂ ਸਾਫ਼ ਕਰਨਾ ਚਾਹੀਦਾ, ਸ਼ੀਸ਼ੇ ਨੂੰ ਹਮੇਸ਼ਾ ਕਾਗਜ਼ ਜਾਂ ਅਖਬਾਰ ਨਾਲ ਹੀ ਸਾਫ਼ ਕਰਨਾ ਚਾਹੀਦਾ ਹੈ। ਸ਼ੀਸ਼ੇ ਨੂੰ ਸਾਫ਼ ਕਰਨ ਦੇ ਲਈ ਪਾਣੀ ਵਿੱਚ ਥੋੜ੍ਹਾ ਜਿਹਾ ਵਿਨੇਗਰ ਮਿਲਾ ਦਿਓ ਅਤੇ ਫਿਰ ਸ਼ੀਸ਼ੇ ਉੱਪਰ ਸਪਰੇਅ ਕਰ ਦਿਓ ਅਤੇ ਬਾਅਦ ਵਿੱਚ ਅਖਬਾਰ ਜਾਂ ਕਾਗਜ਼ ਨਾਲ ਸਾਫ਼ ਕਰੋ। ਨੰਬਰ 15, ਰਸੋਈ ਦੇ ਕਿਸੇ ਵੀ ਹਿੱਸੇ ਵਿੱਚ ਜੇਕਰ ਜੰਗ ਲੱਗ ਜਾਂਦੀ ਹੈ ਅਤੇ ਉਸਨੂੰ ਸਾਫ਼ ਕਰਨ ਦੇ ਲਈ ਬੇਕਿੰਗ ਸੋਡੇ ਦੇ ਵਿੱਚ ਨਿੰਬੂ ਮਿਲਾ ਕੇ ਜੰਗ ਵਾਲੀ ਜਗ੍ਹਾ 'ਤੇ ਲਗਾ ਦਿਓ। ਥੋੜ੍ਹੀ ਦੇਰ ਬਾਅਦ ਬਰੱਸ਼ ਜਾਂ ਕੱਪੜੇ ਦੀ ਮਦਦ ਨਾਲ ਸਾਫ਼ ਕਰੋ। ਨੰਬਰ 16, ਜੇਕਰ ਫਰਸ਼ 'ਤੇ ਕੋਈ ਚਿਪਚਿਪੀ ਚੀਜ਼ ਡਿੱਗ ਪੈਂਦੀ ਹੈ ਤਾਂ ਬਲੀਚ ਪਾ ਦਿਓ ਅਤੇ ਬਾਅਦ ਵਿੱਚ ਉਸਨੂੰ ਪ੍ਰੈੱਸ ਨਾਲ ਰਗੜੋ। ਫਰਸ਼ ਨੂੰ ਚਮਕਦਾਰ ਬਣਾਉਣ ਦੇ ਲਈ 1 ਕੱਪ ਸਿਰਕੇ ਵਿੱਚ ਗਰਮ ਪਾਣੀ ਮਿਲਾ ਕੇ ਸਫਾਈ ਕਰ ਦਿਓ।
ਨੰਬਰ 17 ਸ਼ੰਕ ਉੱਪਰ ਜੰਮੀ ਹੋਈ ਚਿਕਨਾਈ ਅਤੇ ਪਾਣੀ ਦੇ ਦਾਗਾਂ ਨੂੰ ਸਾਫ਼ ਕਰਨ ਦੇ ਲਈ ਬੇਕਿੰਗ ਸੋਡੇ ਉੱਪਰ ਅਪਲਾਈ ਕਰ ਦਿਓ ਅਤੇ 3-4 ਮਿੰਟ ਤੱਕ ਰੱਖ ਦਿਓ ਅਤੇ ਬਾਅਦ ਵਿੱਚ ਸਪੰਜ ਨਾਲ ਸਾਫ਼ ਕਰ ਦਿਓ। ਨੰਬਰ 18 ਸੋਫੇ ਉੱਪਰ ਜੰਮੀ ਹੋਈ ਧੂੜ ਮਿੱਟੀ ਨੂੰ ਵੀ 25 ਦਿਨਾਂ ਵਿੱਚ ਇੱਕ ਵਾਰ ਵੈਕਿਊਮ ਕਲੀਨਰ ਨਾਲ ਸਾਫ਼ ਕਰੋ। ਨੰਬਰ 19 ਰਸੋਈ ਵਿੱਚ ਬਣੀ ਹੋਈ ਲੱਕੜ ਦੀ ਕੱਪਬੋਰਡ ਨੂੰ ਜੈਤੂਨ ਦੇ ਤੇਲ ਨਾਲ ਸਾਫ਼ ਕਰੋ। ਜੈਤੂਨ ਦਾ ਤੇਲ ਲੱਕੜੀ ਸਾਫ਼ ਕਰਨ ਦੇ ਲਈ ਬਹੁਤ ਵਧੀਆ ਹੈ। ਨੰਬਰ 20 ਟੋਇਲਟ ਨੂੰ ਸਾਫ਼ ਕਰਨ ਦੇ ਲਈ ਬਸ ਕੁਝ ਬੂੰਦਾ ਸਫੇਦ ਵਿਨੇਗਰ ਅਤੇ ਮਿੱਠਾ ਸੋਡਾ ਪਾ ਦਿਓ ਅਤੇ ਥੋੜ੍ਹੀ ਦੇਰ ਬਾਅਦ ਟੋਇਲਟ ਨੂੰ ਪਾਣੀ ਨਾਲ ਸਾਫ਼ ਕਰ ਦਿਓ। ਟੋਇਲਟ ਤੁਹਾਡਾ ਚਮਕਣ ਲੱਗ ਜਾਵੇਗਾ। ਸੜੇ ਹੋਏ ਬਰਤਨ ਨੂੰ ਸਾਫ਼ ਕਰਨ ਲਈ ਅਪਣਾਓ ਇਹ ਸਧਾਰਨ ਉਪਾਅ। ਰਸੋਈ ਵਿੱਚ ਚਮਕਦੇ ਹੋਏ ਬਰਤਨ ਰੱਖੇ ਹੋਏ ਹੋਣ ਤਾਂ ਰਸੋਈ ਦੀ ਸੁੰਦਰਤਾ ਦੁੱਗਣੀ ਹੋ ਜਾਂਦੀ ਹੈ। ਗੰਦੇ ਟੁੱਟੇ ਅਤੇ ਟੇਢੇ ਮੇਢੇ ਬਰਤਨ ਰਸੋਈ ਦੀ ਸੁੰਦਰਤਾ ਨੂੰ ਵਿਗਾੜ ਸਕਦੇ ਹਨ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਖਾਣਾ ਖਾਣ ਬਣਾਉਣ ਵੇਲੇ ਸਾਡਾ ਧਿਆਨ ਭਟਕ ਜਾਂਦਾ ਹੈ ਅਤੇ ਭਾਂਡੇ ਸੜ ਜਾਂਦੇ ਹਨ। ਅਜਿਹੇ ਬਰਤਨ ਆਸਾਨੀ ਨਾਲ ਸਾਫ਼ ਨਹੀਂ ਹੁੰਦੇ। ਉਹਨਾਂ ਨੂੰ ਸਾਫ਼ ਕਰਨ ਵਿੱਚ ਬਹੁਤ ਸਾਰਾ ਸਮਾਂ ਅਤੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪਰ ਤੁਸੀਂ ਇਹਨਾਂ ਉਪਾਅ ਵਰਤ ਕੇ ਸੜੇ ਹੋਏ ਬਰਤਨਾਂ ਨੂੰ ਬਹੁਤ ਆਸਾਨੀ ਨਾਲ ਸਾਫ਼ ਕਰ ਸਕਦੇ ਹੋ। ਚੰਗੀ ਗੱਲ ਇਹ ਹੈ ਕਿ ਅਜਿਹੇ ਬਰਤਨ ਸਾਫ਼ ਕਰਨ ਲਈ ਤੁਹਾਨੂੰ ਕੁਝ ਵੀ ਖਰੀਦਣ ਅਤੇ ਬਾਹਰੋਂ ਲਿਆਉਣ ਦੀ ਜ਼ਰੂਰਤ ਨਹੀਂ ਹੈ। ਘਰ ਵਿੱਚ ਮੌਜੂਦ ਚੀਜ਼ਾਂ ਨਾਲ ਹੀ ਅਸੀਂ ਇਹਨਾਂ ਬਰਤਨਾਂ ਨੂੰ ਸਾਫ਼ ਕਰ ਸਕਦੇ ਹਾਂ। ਨੰਬਰ 1 ਬੇਕਿੰਗ ਸੋਡਾ ਦੀ ਮਦਦ ਨਾਲ ਸੜੇ ਹੋਏ ਬਰਤਨ ਵਿੱਚ 1 ਚਮਚ ਬੇਕਿੰਗ ਸੋਡਾ ਪਾ ਦਿਓ, ਫਿਰ 2 ਚਮਚ ਨਿੰਬੂ ਦਾ ਰਸ ਅਤੇ 2 ਕੱਪ ਗਰਮ ਪਾਣੀ ਪਾਓ। ਇਸ ਤੋਂ ਬਾਅਦ ਇਸ ਨੂੰ ਸਟੀਲ ਸਕ੍ਰੱਬ ਨਾਲ ਰਗੜੋ ਅਤੇ ਸਾਫ਼ ਕਰੋ। ਤੁਹਾਡਾ ਸੜਿਆ ਹੋਇਆ ਬਰਤਨ ਚਮਕਣਾ ਸ਼ੁਰੂ ਹੋ ਜਾਵੇਗਾ। ਨੰਬਰ 2 ਨਿੰਬੂ ਦਾ ਰਸ। ਕੱਚਾ ਨਿੰਬੂ ਲਓ ਅਤੇ ਇਸ ਨੂੰ ਸੜੇ ਹੋਏ ਬਰਤਨ 'ਤੇ ਰਗੜੋ, ਫਿਰ ਇਸ ਵਿੱਚ 3 ਕੱਪ ਗਰਮ ਪਾਣੀ ਪਾਓ। ਹੁਣ ਬ੍ਰੱਸ਼ ਨਾਲ ਜਲੇ ਹੋਏ ਦੇ ਨਿਸ਼ਾਨ ਸਾਫ਼ ਕਰੋ। ਇਹ ਬਹੁਤ ਆਸਾਨੀ ਨਾਲ ਸਾਫ਼ ਹੋ ਜਾਵੇਗਾ। ਨੰਬਰ 3 ਨਮਕ। ਸੜੇ ਹੋਏ ਬਰਤਨ ਵਿੱਚ ਨਮਕ ਅਤੇ ਪਾਣੀ ਪਾਓ ਅਤੇ ਇਸ ਨੂੰ ਉਬਾਲੋ। ਇਸ ਨੂੰ 4 ਮਿੰਟ ਲਈ ਉਬਾਲੋ, ਫਿਰ ਬ੍ਰੱਸ਼ ਨਾਲ ਦਾਗ ਨੂੰ ਸਾਫ਼ ਕਰੋ। ਨੰਬਰ 4 ਟਮਾਟਰ ਦਾ ਰਸ। ਟਮਾਟਰ ਦਾ ਜੂਸ ਸੜੇ ਹੋਏ ਭਾਂਡੇ ਸਾਫ਼ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹੈ। ਸੜੇ ਹੋਏ ਬਰਤਨ ਵਿੱਚ ਟਮਾਟਰ ਦਾ ਰਸ ਅਤੇ ਪਾਣੀ ਮਿਲਾਓ ਅਤੇ ਗਰਮ ਕਰੋ। ਰਸੋਈ ਦੀ ਸਫਾਈ। ਸ਼ੈਂਕ ਦੇ ਖੇਤਰ ਨੂੰ ਸਾਫ਼ ਰੱਖੋ। ਸ਼ੈਂਕ ਵਿੱਚ ਭਾਂਡੇ ਨਿਕਲਣ ਤੋਂ ਬਾਅਦ ਜੂਠ ਅਤੇ ਚਿਕਨਾਈ ਅਤੇ ਬੈਕਟੀਰੀਆ ਪੈਦਾ ਹੋਣ ਦਾ ਡਰ ਰਹਿੰਦਾ ਹੈ। ਇਸ ਦੀ ਸਫਾਈ ਦੇ ਲਈ ਸਰਫ, ਸਿਰਕੇ ਜਾਂ ਬੇਕਿੰਗ ਸੋਡਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸ਼ੈਂਕ ਦੇ ਉੱਪਰੀ ਹਿੱਸੇ ਦੇ ਨਾਲ ਹੇਠਾਂ ਵਾਲੇ ਹਿੱਸੇ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰੋ। ਗਰਮ ਪਾਣੀ ਨੂੰ ਸ਼ੈਂਕ ਵਿੱਚ ਪਾਉਣ ਨਾਲ ਸ਼ੈਂਕ ਪਾਈਪ ਵਿੱਚ ਇਕੱਠੀ ਹੋਈ ਗੰਦਗੀ ਦੂਰ ਹੋ ਜਾਵੇਗੀ। ਰਸੋਈ ਦੀਆਂ ਸਲੈਬਾਂ ਦੀ ਸਫਾਈ। ਚਾਹ ਬਣਾਉਣ ਤੋਂ ਇਲਾਵਾ ਸਨੈਕਸ ਬਣਾਉਣ ਅਤੇ ਸਬਜ਼ੀਆਂ ਕੱਟਣ ਤੋਂ ਲੈ ਕੇ ਹਰ ਚੀਜ਼ ਰਸੋਈ ਦੀ ਸਲੈਬ 'ਤੇ ਹੀ ਕੀਤੀ ਜਾਂਦੀ ਹੈ, ਜਿਸ ਕਾਰਨ ਰਸੋਈ ਵਿੱਚ ਇਹ ਹਿੱਸਾ ਸਭ ਤੋਂ ਗੰਦਾ ਹੁੰਦਾ ਹੈ। ਜੇ ਸਲੈਬ 'ਤੇ ਕੱਟੀਆਂ ਹੋਈਆਂ ਸਬਜ਼ੀਆਂ, ਆਟਾ ਆਦਿ ਰਹਿ ਜਾਵੇ ਤਾਂ ਉਹ ਸਲੈਬ 'ਤੇ ਬੈਕਟੀਰੀਆ ਦੇ ਵਾਧੇ ਨੂੰ ਵਧਾ ਸਕਦੇ ਹਨ। ਬੇਕਿੰਗ ਸੋਡਾ ਅਤੇ ਸਿਰਕੇ ਦੇ ਮਿਸ਼ਰਣ ਨਾਲ ਸਲੈਬ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਇਹ ਪੂਰੀ ਤਰ੍ਹਾਂ ਰੋਗਾਣੂ ਮੁਕਤ ਰਹੇਗਾ। ਗੈਸ ਸਟੋਵ ਦੀ ਸਫਾਈ। ਗੈਸ 'ਤੇ ਖਾਣਾ ਪਕਾਉਂਦੇ ਸਮੇਂ ਉਸ 'ਤੇ ਚਿਕਨਾਈ ਅਤੇ ਬੈਕਟੀਰੀਆ ਦੇ ਕਣ ਚਿਪਕ ਜਾਂਦੇ ਹਨ। ਇਸ ਲਈ ਗੈਸ ਨੂੰ ਨਿੰਮ ਦੇ ਪੱਤਿਆਂ, ਸਿਰਕੇ ਅਤੇ ਬੇਕਿੰਗ ਸੋਡਾ ਦੇ ਮਿਸ਼ਰਣ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਪਰ ਸਫਾਈ ਕਰਦੇ ਸਮੇਂ ਇਹ ਸੁਨਿਸ਼ਚਿਤ ਕਰੋ ਕਿ ਚੁੱਲ੍ਹਾ ਗਰਮ ਨਾ ਹੋਵੇ। ਓਵਨ ਅਤੇ ਮਾਈਕ੍ਰੋਵੇਵ ਦੀ ਸਫਾਈ। ਔਰਤਾਂ ਅਕਸਰ ਬੱਚਿਆਂ ਲਈ ਕੁਕੀਜ਼ ਅਤੇ ਕੇਕ ਬਣਾਉਣ ਲਈ ਓਵਨ ਜਾਂ ਮਾਈਕ੍ਰੋਵੇਵ ਦੀ ਵਰਤੋਂ ਕਰਦੀਆਂ ਹਨ, ਪਰ ਖਾਣਾ ਪਕਾਉਣ ਦੇ ਦੌਰਾਨ ਇਸ ਵਿੱਚ ਵੀ ਭੋਜਨ ਦੇ ਕਣ ਡਿੱਗ ਜਾਂਦੇ ਹਨ। ਇਸ ਲਈ ਮਾਈਕ੍ਰੋਵੇਵ ਦੀ ਸਫਾਈ ਬੇਕਿੰਗ ਸੋਡਾ ਵਾਲੇ ਪਾਣੀ ਨਾਲ ਕੀਤੀ ਜਾ ਸਕਦੀ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਨਿੰਬੂ ਪਾਣੀ ਵੀ ਵਰਤ ਸਕਦੇ ਹੋ। ਇਸ ਦੇ ਲਈ ਪਾਣੀ ਨੂੰ ਥੋੜ੍ਹਾ ਜਿਹਾ ਗਰਮ ਕਰੋ ਅਤੇ ਫਿਰ ਇਸ ਵਿੱਚ ਨਿੰਬੂ ਦੀਆਂ ਕੁਝ ਬੂੰਦਾਂ ਪਾਓ। ਰਸੋਈ ਦੇ ਤੌਲੀਏ ਨੂੰ ਸਾਫ਼ ਰੱਖੋ।
ਰਸੋਈ ਵਿੱਚ ਰੱਖਿਆ ਤੌਲੀਆ ਬਹੁਤ ਸਾਰੀਆਂ ਛੋਟੀਆਂ ਚੀਜ਼ਾਂ ਵਿੱਚ ਮਦਦਗਾਰ ਹੋ ਸਕਦਾ ਹੈ, ਪਰ ਵਾਰ ਵਾਰ ਵਰਤੋਂ ਕਰਨ ਨਾਲ ਤੌਲੀਏ ਵਿੱਚ ਬੈਕਟੀਰੀਆ ਦੇ ਵਧਣ ਦੀ ਸੰਭਾਵਨਾ ਹੈ। ਇਸ ਲਈ ਤੌਲੀਏ ਨੂੰ ਰੋਜ਼ ਵਾਸ਼ਿੰਗ ਪਾਊਡਰ ਨਾਲ ਸਾਫ਼ ਕਰਨਾ ਚਾਹੀਦਾ ਹੈ ਅਤੇ ਧੁੱਪ ਵਿੱਚ ਸੁਕਾਉਣਾ ਚਾਹੀਦਾ ਹੈ। ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ।